चाहती बनती कौन है भाई बाबला चढ़ पीठ चेक करो जी जब के वक्त तरीका मनी चाहिए कोई नहीं मनी यार मनी जी पे बल के अस्सलाम वालेकुम दोस्तों प्रोग्राम दिखाते हैं दोनों अपने देसी कल्चर में लोग से आए थे लोग इस तरह देख चुके तो उसके मैं कहता कम करो ना तब यहाँ पहले आज ऐसा आए होते हैं चाली छ सवेरे सवेरे भी आपको कम हाई सोना काम नहीं मुझे आई ऐसा पहले से वाला ना हाई सोना था गए पहले एक कम कर एक साल तो त्रै महीने उधर हो गया वाता ही दोबारा वाता ਲਈ ਹੈ ਇਹ ਅੱਗੇ ਕੋਈ ਨੁਕਸਾਨ ਕਰ ਗਏ ਉੱਤੇ ਐਂ ਬਹੁਤ ਜ਼ਿਆਦਾ ਇਸ ਵਾਸਤੇ ਇਹ ਜੁਗਾੜ ਲਾਇਆ ਸੀ ਚਲੋ ਇਹ ਜਾਂ ਤਾਂ ਅਸਾਂ ਪਹਿਲੇ ਚਣੇ ਵਾਇਆ ਸੀ ਮਾਸ਼ਾ ਅੱਲਾ ਅੱਛੀ ਬੋਰੀਆਂ ਚਣੇ ਦੇ ਪਈਆਂ ਅਤੇ ਉਹ ਮੇਰੀ ਖਲੋਤੀ ਹੈ ਉਹ ਖਲੋਤੀ ਮੇਰੀ ਵੇਰ ਜਿਹੜੀ ਮੈਂ ਉਮੀਦ ਤਾਂ ਸ਼ਾਇਦ ਹੁਣ ਕੱਪਾਂ ਨੇ ਤੇ ਤੋਂ ਇਸ ਇੰਨਾ ਡਿਹਾਰਾ ਚੁਣਦੇ ਨੇ ਕੁੱਤੀਆਂ ਇੰਤਹਾ ਦੀਆਂ ਇਸ ਵਾਸਤੇ ਇਹਨਾਂ ਨੂੰ ਵੱਧ ਪਤਾ ਨਹੀਂ ਕਰੀਦਾ ਹੁੰਦਾ ਹੁਣ ਇੱਥੇ ਵਾਹਵਣੇ ਗੁਆਰਾ ਇਰਾਦਾ ਤਾਂ ਗੁਆਰੇ ਦਾ ਹੈ ਬਾਕੀ ਜੋ ਅੱਲਾਹ ਨੂੰ ਮਨਜ਼ੂਰ ਆ ਇਹ ਆਪਣੇ ਗਵਾਂਢੀ ਦੇ ਸਫੈਦ ਨੇ ਇਹ ਸਾਡੇ ਆਪਣੇ ਸਾਡਾ ਰਕਬਾ ਇੱਥੋਂ ਸ਼ੁਰੂ ਥੀਂਦਾ ਮੋਟਰਸਾਈਕਲ ਦੇ ਸੇਹ ਦੇ 'ਚ ਤੌਰ ਤੱਕ ਇਹ ਪਰਾਇਆ ਰਕਬਾ ਸਾਰਾ ਰਕਬਾ ਉਸ ਇਸ ਸਾਈਡ 'ਚ ਇਹ ਜੀ ਟਾਲੀ ਹੈ ਸਾਡੀ ਹੁਣ ਫਿਲਹਾਲ ਅੱਗੇ ਅੱਜ ਰਜਾ ਵੇਖੋ ਨਾ ਅੱਜ ਰਬਾ ਰਜਮ ਹੁੰਦਾ ਨਾ ਅਤੇ ਮੋਬਾਈਲ ਨਾ ਪਿਆ ਲੇਕਿਨ ਹੁਣ ਕੁਝ ਵੀ ਨਾ ਕਰ ਸਕਦਾ ਅੱਗੇ ਮੋਬਾਈਲ ਤਲੇ ਰੱਖਾਂ ਤਾਂ ਕੋਈ ਆਵੇ ਤਾਂ ਮੋਬਾਈਲ ਛਾ ਕੇ ਨਿਕਲਾ ਵਾਜੇ ਇਸ ਵਾਸਤੇ ਫਿਲਹਾਲ ਮੋਬਾਈਲ ਤਲੇ ਰੱਖ ਨਾ ਸਕਦਾ ਸਾਈਕਲ ਦੇ ਆਪਣੀ ਜੇਬੀ ਚਾਬੀ ਪੈਂਦੇ ਅਤੇ ਇਨਸ਼ਾਅੱਲਾ ਹੁਣ ਚੜ੍ਹਦੇ ਹਾਂ ਉੱਤੇ ਉਹ ਫਿਲਹਾਲ ਕੁਝ ਨਾ ਦਿਖਾ ਸਕਦੇ ਜਿਸ ਟਾਈਮ ਮੈਂ ਕੱਪ ਕਹਿੰਦਾ ਉਸ ਟਾਈਮ ਤੁਹਾਡੇ ਕਹਿ ਸਕਦਾ ਇਹ ਹੁਣ ਵਾਲਾ ਵਿਊ ਥੋੜ੍ਹੀ ਦੇਰ ਬਾਅਦ ਵੇਖੋ ਤਕਰੀਬਨ ਇੱਕ ਚਿੰਨ ਵਜਾਣ ਤੋਂ ਚੜ੍ਹੇ ਡੂਰ ਦੇ ਫਿਲਹਾਲ ਸਾਨੂੰ ਇੱਥੇ ਤ੍ਰੈ ਦਿਸਦੇ ਪੈਣਾ ਉਹ ਮੋਟਰਸਾਈਕਲ ਖੜੋਤੇ ਅਤੇ ਇਹ ਜੰਗਲ ਹੁਣ ਸ਼ੁਰੂ ਤੋਂ ਮੈਂ ਬਿਸਮਿਲਾ ਪੜ੍ਹ ਕੇ ਅਲੇ ਦੋ ਕਮਰਾ ਲਏ ਤਕਰੀਬਨ ਅੱਧਾ ਘੰਟਾ ਘੰਟਾ ਲੱਗ ਸੀ ਮਤ ਇਨਸ਼ਾਅੱਲਾ ਤੁਹਾਨੂੰ ਦਿਖਾਉਂਦੇ ਇਹ ਵੀ ਕੱਬ ਗਈ ਦਿਸੇ ਇਹ ਵੀ ਕੱਬ ਗਈ ਦਿਸੇ ਇਹ ਵੀ ਕੱਬ ਗਈ ਦਿਸੇ ਤਲੇ ਕਰਕੇ ਮੁਕੰਮਲ ਸਾਫ਼ ਹੋ ਗਈ ਤਲੇ ਕਾਫੀ ਗਈ ਇਹ ਹੱਥ ਇਹ ਹੱਥ ਹੈ ਨਾ ਕਦਾ ਕੰਮ ਨਹੀਂ ਸਿੱਖੀ ਤਾਂ ਅੱਜ ਸਹੀ ਪਤਾ ਲੱਗਦਾ ਪਿਆ ਵਾਕਿਆ ਦਰਦ ਥੀਂਦਾ ਪਿਆ ਫਿਲਹਾਲ ਇਹ ਪਾਸਾ ਰਹਿੰਦਾ ਨਾ ਇਹ ਤੌਰ ਤੱਕ ਇਹ ਸਾਈਡ ਰਹਿੰਦੀ ਇਹ ਸਾਈਡ ਮੁਕੰਮਲ ਹਾਂਜੀ ਹਾਂਜੀ ਇਹੀ ਹੈ ਓਕੇ ਜੀ ਬੜੀ ਮੁਸ਼ਕਿਲ ਨਾਲ ਚਾਂਗੀ ਗਏ ਥੱਕ ਹੈ ਦੌੜੇ ਰਹਿੰਦੀਆਂ ਵੱਧ ਕਰ ਸੈਂ ਥੋੜ੍ਹੇ ਕੱਪ ਸੈਂ ਕਿੱਕ ਕਰ ਅਤੇ ਤਕਰੀਬਨ ਇੱਕ ਰੇੜੀ ਬਣਾ ਕੇ ਨਾ ਰੱਖ ਰਹੇ ਸੈਂ ਅਬੂ ਤਾਂ ਭਾਈ ਆਰਾਮ ਸਨ ਦੀਘਾ ਟਾਈਮ ਉਹ ਆਣ ਕੇ ਚਾਹ ਖੜੇ ਸਨ ਫਿਲਹਾਲ ਤਾਂ ਹੁਣ ਬਸ ਠੀਕ ਹੋ ਸੀ ਅਤੇ ਸੜਕ ਦੱਸੇ ਹੁਣ ਹੁਣ ਨਿਕਲਦੇ ਹਾਂ ਇਨਸ਼ਾਅੱਲਾ ਘਰ ਹੁਣ ਮੋਟਰਸਾਈਕਲ ਚਲਾਉਂਦੇ ਹਾਂ ਘਰ ਨਿਕਲਦੇ ਹਾਂ ਸਾਈਕਲ ਫਿਰੋ ਤਾਂ ਇਨਸ਼ਾਅੱਲਾ ਹੁਣ ਘਰ ਕੁਹਾੜੀ 'ਚ ਮੈਂ ਅਤੇ ਅੱਲਾ ਖੈਰ ਨਹੀਂ ਤਾਂ ਨਿਕਲਦੇ ਹਾਂ ਘਰ ਇਹ ਹੁਣ ਸਮਾਂ ਚਾਹ ਕੁਝ ਸੁੱਟੀਂਦੇ ਹਾਂ ਵੱਧ ਘਰ ਹੁਣ ਘਰ ਆਏ ਮੂੰਹ 'ਚ ਦੁੱਧ ਸਿਰ ਤਿਆਰੀ ਕਰਕੇ ਹੁਣ ਦੁਕਾਨ 'ਤੇ ਸਾਡੀ ਇਹ ਗਲੀ ਪਾ ਲੱਗੀ ਇਸ ਸਾਈਡ ਤੋਂ ਆਉਂਦੀ ਹੈ ਇਸ ਸਾਈਡ ਤੋਂ
क्योंकि इस साइड से दुकाना का निजाम चल रहा है, उन्हें बंद कर छोड़िए हूँ अस फिलहाल इस दूजी साइड ही है, लेकिन फिलहाल ये जबरदस्त है। गर्मी बहुत ज्यादा है, नहीं नहीं मजाक करीदा पे, माशाल्लाह ढाडा सोना ती है, ठंडी ठंडी हवा लगती पी है, तो अल्लाह लख लख शुक्र है इन्होंने दिवारा च, यानी कि दो दिन लगातार बारिश आवन की वजह तो बहुत ज़्यादा ठंड माशाल्लाह राती वाले इतना मजा आता ही जाता है। टाइम साढ़ा बाजार मुकम्मल बंद होता है, ये दुकान बंद, ये मार्केट बंद, ये बंद वो ही बंद, ये खुला है। हाँ जी इस टाइम 12:57 हो गए, एक थींदे पैन कम पै गए तो साढ़े बात मोटरसाइकिल एक तमाशे ने देखो देख जी देख मैं साहब मजा है ये देखे बंद हूँ आन का देख बात मार दूजा बस जबरदस्त हो गया हूँ मेरे बूहे दे ना मैं कहता इन्हें कराया ना तू तो रजब ना तू तो रजब लगे ना अबू तू तो रजब ਜਿਹੜੀ ਤੇਰੇ ਕਹਿੰਦਾ ਹੈ ਦਵਾ ਦੱਸਣਾ ਗਿਆ ਬਾਹਰ ਦੱਸਣਾ ਕਰਾਉਣਾ ਗਿਆ ਹਾਂ ਥੋੜ੍ਹੀ ਦੇਰ ਤੱਕ ਥੋੜ੍ਹੀ ਦੇਰ ਤੱਕ ਤੂੰ ਤੇਰੇ ਜਬ ਤੇ ਨਾਨਾ ਲੱਗਿਆ ਹੋਇਆ ਨਾ ਰੇਡੀ ਤੇ ਮੈਂ ਤੁਹਾਨੂੰ ਮੋਟਰਸਾਈਕਲ ਦੇ ਸਰ ਤੂੰ ਮੋਟਰਸਾਈਕਲ ਵਾਲਾ ਹੀ ਹੋਇਆ ਨਾ ਅਤੇ ਮੈਂ ਜਿਹੜੇ ਕੱਲ੍ਹ ਰਾਤੀ ਸਵੇਰੇ ਟਾਲੀ ਨਾ ਛਾਂ ਗਿਆ ਉਹ ਚਾਹੁੰਦਾ ਸਰ ਲਾ ਫੇ ਅਸੋਂ ਮੈਂ ਦੇ ਦੁਕਾਨ ਦੁਕਾਨ ਤੇ ਪਹੁੰਚੇ ਖਲੋਤੇ ਹੈ ਇੱਕ ਨਿੱਕਾ ਜਿਹੜਾ ਕੰਮ ਕੀਤਾ ਸੀ ਉਹ ਇਹ ਕੰਮ ਕੀਤਾ ਸੀ ਕਿ ਪਹਿਲੇ ਜੋ ਮੈਂ ਸੈਟਅਪ ਦੇ ਪਿਆ ਉਸ ਇੱਥੋਂ ਮੈਂ ਲਾ ਕੇ ਦਿਖਾਵਾਂ ਪਹਿਲੇ ਨਾ ਇਹ ਜਾਂ ਦੇ ਉੱਤੇ ਲੱਗਾ ਹੋਇਆ ਸੀ ਪਹਿਲੇ ਛੋਟੀ ਉਸਨੂੰ USB ਸੜੀਂਦੇ ਨੇ ਬਲੂਟੂਥ ਸੜੀਂਦੇ ਨੇ ਉਹਦਾ ਹਰ ਰੋਜ਼ ਨਾ ਥੀ ਵੈਂਦੀ ਆਈ ਜਾਂ ਸੈੱਲ ਖਤਮ ਥੀ ਵੈਂਦਾ ਸੀ ਸੈੱਲ ਹੀ ਕੋਈ ਜੈਨੂਅਨ ਕੋਲ ਨਹੀਂ ਹੁਣ ਇੰਝ ਕੀਤਾ ਬਈ ਇਹਦੇ ਨਾਲ ਇੱਕ ਬਲੂਟੂਥ ਡਿਵਾਈਸ ਦਾ ਪਹਿਲਾ ਇੱਕ ਆਈ ਬਟਨ ਮੈਂ ਉੱਥੇ ਉਹ ਫਿੱਟ ਕਰ ਛੋੜਿਆ ਚਮੜਾ ਛੋੜਿਆ ਇਹਦੇ ਨਾਲ ਇਹ ਫਾਇਦਾ ਹੈ ਕਿ ਜਮਾ ਮਨਫੀ ਜ਼ੂਮ ਆਊਟ ਇੰਨਾ ਹੁਣ ਥੀਂਦਾ ਅਤੇ ਨਾਲ ਰਿਕਾਰਡਿੰਗ ਵੀ ਆਉਂਦੀ ਇਹ ਹੁਣ ਰਿਕਾਰਡਿੰਗ ਇਹ ਜ਼ਬਰਦਸਤ ਸੈਟਅਪ ਹੈ ਇਸ ਵਾਸਤੇ ਹੁਣ ਦੁਕਾਨ ਦੇਖੋ ਤਾਂ ਹੁਣ ਆਪਣੇ ਰਜਬ ਰਜਬ ਆਸੀ ਰੇਹੜੀ ਗਿਣ ਕੇ ਮੈਂ ਬਸ ਮੋਟਰਸਾਈਕਲ 'ਤੇ ਡੁਬਿਆ ਸਾਂ ਮੇਰਾ ਮੋਟਰਸਾਈਕਲ ਸਾਹਮਣੇ ਖਲੋਤਾ ਹੈ ਉਹ ਵਾਲਾ ਮੋਟਰਸਾਈਕਲ ਖਲੋਤਾ ਮੇਰਾ ਇਹ ਵਾਲਾ ਸਪੀਡ ਚੈੱਕ ਕਰੋ ਜੀ इस टाइम पहुंचे हैं बहर दो मोटरसाइकिल एक रेड़ी अच्छा मैं छोड़ के गया मैं ना इन्होंने बगैर पुत्रे हालत देख कर कि माल आ लिया इतने हूँ बकरियां या भेड़ा या गाइया जैसे हो सकते ना चुप करके नप के समेटे समेट के ते ये बचा रखने हाँ जी मलक साहब होना साढ़े रजब साहब हो साहब हम बाद ਅਤੇ ਅਬੂ ਹੋਰਾਂ ਵਧੇ ਨਾ ਇਸ ਥਾਂ 'ਤੇ ਕਰੀ ਦੇ ਵਧੇ ਨਾ ਕੱਪੀ ਦੇ ਵਧਣ ਬੇਰ ਇੱਕ ਦਫਾ ਵੀਡੀਓ ਤੁਹਾਨੂੰ ਦੇਖੋ ਯਾਰ ਅਸਾਂ ਤਾਂ ਜਿਤਨਾ ਛੋੜ ਕੇ ਗਿਆ ਸੀ ਉਸ ਤੂੰ ਪੱਤਰੇ ਸਾਰੇ ਰਗੜੇ ਪਏ ਅਤੇ ਕੌਣ ਰਜੇ ਹੋਰਾਂ ਦੇ ਰਵੇਂਦੇ ਪੋਲੀ ਹੈ ਪੋਲੀ यार न करो ना न खाओ परे सारे शर्म तो तला देख दे खले जो कि साना पट गए ये देखो हाँ सारे खूबसूरत सन फुल लग गए चेक करो कि तला देख दे खला आई कि मेहनत नप गए अस तो नप गए इस चाचू कप सटी मुझ सटे मुझ बेड़ नू ਪਿਛਲੀਆਂ ਵੀਡੀਓ 'ਚ ਅਸਾਂ ਆਇਆ ਸੀ ਇਸਨੂੰ ਕੱਪਾਂ ਇਹ ਹੁਣ ਬਾਅਦ ਅਸਾਂ ਪੁਰਾਣੀਆਂ ਯਾਦਾਂ ਤਾਜ਼ਾ ਕਰੇ ਸੂ ਅਤੇ ਇਹ ਗੇਲ ਖੜੇ ਸੂ ਕੇ ਪੀ ਹੈ ਅਤੇ ਕੁਛ ਪੇ ਲੱਗੇ
एक माया सा देख हमाद असी हमाद 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 वदे तो पहुंचाना रे तकरीबन ऑलमोस्ट असा बम पीछा रह गए क्योंकि सन पहले हाथ रखन जहां को नहीं जहां बढ़ गई वो मुश्किल दी। वो देखो मजे दवान की बैठिया हुन उठिया है असा इदु हाल घील घील के थक गए ये भाई मजे दवान के पहले साठ के तक बैठिया है मैं बहुत बहुत मुश्किल दान पहुंचा बहुत थके वदे ए पई रहे तू होने थाई बहुत थक गए दोस्तों बहुत थक गए छोटी थकी कोई पे नहीं लगी। हाँ मैं जितना काम किया उतना तो किया ही कहीं को नहीं आज मैं तो मैंने घर खुश था किधे मैंने यार घर नवान बैठा ओका काम यार किया हाँ करने में नहीं हाल है तो काम हो रही रहा है सारी लकड़ी नुथे लड़ना है ए टाली चाची फजरा कब यार तो मैं इस नूं चाह के थक गया बहुत थक गया बहुत पर मैं तो ना अपनी लकड़ी खाऊं जेड़ी मैं खेल के सोहना लगता खले बहु डिग तो हुन चाचू आंदे ते चाचू दे नाल प्रैंक करीने जो असा इस पिछे रेडी लेंदे पए बेस्ता थी से बेचारा जा मेरी गल मान के ने खैर यार प्रैंक ही बंदा बेस्ता थी दरा वो तो ठीक गल ते लेकिन पता लगदे देखने मोटरसाइकिल पे रेडी लेवेंदा या तने देखो पता लग चाचू वो तो छकीना नहीं असा इस पिछे रेडी लेंदे पए ओला तने हा मन्नो चाचू साने आई सोणा लगदा खले ना हां लो के रेडी लो ना अरे खले ले ने चाहती बनती कौन है पेट्रोल मुके सारा बस 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 रजब हाँ भाई असा हूं घर निकलने की तैयारी करी दे पाए दोस्तों सारे आस्ते दुआ कराए हाँ भाई दोस्तों असा हूं घर वेंदे पे चाचू लंघ गया तो असा हूं निकले वे आंदा पिया आंदा पिया तो सामने चाचू खोल लाए रोक जा उए जिदा हम सनो ये डारा ही भाई तो पेट्रोल खत्म थी वे क्योंकि घर उन्हें चेक करके गिन नहीं आए थे हूँ खलोते अच्छा वैसे राहत बिच आ खलोते चलो आबादी के नाल है आया बिच करके कर नजदीक अच्छा जी आज का ब्लॉग इतने खत्म कर दें इंशाल्लाह नवे ब्लॉग नाल हाजिर हो सब तक देव अल्लाह हाफिज़ इजाजत अल्लाह हाफिज़।